ਪੰਦੇਰ ਸਾਹਿਬ ਹੁਣ ਕਾਂਗਰਸ ਵੱਲੋਂ ਇੱਕ ਸਲੋਗਨ ਵਰਤਿਆ ਜਾ ਰਿਹਾ ਪੰਜਾਬ ਦੀ ਚੜ੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ ਐਸ ਜੀ ਪੀ ਸੀ ਦਾ ਕਹਿਣਾ ਕਿ ਇਹਦੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਵਾਸੂ ਜੀ ਜਿਹੜੀ ਹੈਗੀ ਆ ਗੁਰਬਾਣੀ ਬਾਰੇ ਜਾਂ ਸਿੱਖ ਜਿਹੜੇ ਧਾਰਮਿਕ ਚਿੰਨ੍ਹ ਨੇ ਜੀ ਉਹਨਾਂ ਦੇ ਬਾਰੇ ਉਹਨਾਂ ਦੇ ਪ੍ਰਯੋਗ ਦੇ ਬਾਰੇ ਉਹਨਾਂ ਦੇ ਬਾਰੇ ਜਿਹੜੇ ਰੈਫਰੈਂਸਿਸ ਨੇ ਉਹਨਾਂ ਦੇ ਕਰਕੇ ਕਾਂਗਰਸ ਮੁਸੀਬਤ ਦੇ ਵਿੱਚ ਫਸਦੀ ਨਜ਼ਰ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਿਲਕੁਲ ਇਸਦਾ ਬਹੁਤ ਸਖ਼ਤ ਇਤਰਾਜ਼ ਜਤਾਇਆ ਕਿ ਜਿਹੜਾ ਕਾਂਗਰਸ ਇਹ ਨਾਰਾ ਵਰਤ ਰਹੀ ਆ ਉਹ ਸਿੱਖਾਂ ਦੀ ਜਿਹੜੀ ਅਰਦਾਸ ਆ ਉਹਦੀ ਸਮਾਪਤੀ ਦੇ ਉੱਤੇ ਜੋ ਜਿਹੜੇ ਗੁਰਬਾਣੀ ਉਚਾਰਨ ਹੁੰਦੀ ਹੈ ਜੀ ਸਿੱਖ ਹਮੇਸ਼ਾ ਇਹ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਔਰ ਉਸ ਨੂੰ ਇਹਨਾਂ ਨੇ ਤੋੜ ਮਰੋੜ ਕੇ ਪੰਜਾਬ ਦੀ ਚੜ੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ ਇਹ ਆਪਣੇ ਸਿਆਸੀ ਔਰ ਜਿਹੜੇ ਹੈਗੇ ਆ ਪਰਸਨਲ ਇੰਟਰਸਟ ਜਿਹੜੇ ਹੈਗੇ ਆ ਉਹਦੇ ਵਾਸਤੇ ਇਹ ਵਰਤ ਰਹੇ ਆ ਜਿਹਦਾ ਉਹਨਾਂ ਨੂੰ ਸਖ਼ਤ ਇਤਰਾਜ਼ ਆ ਔਰ ਉਹਨਾਂ ਨੇ ਚੀਫ ਇਲੈਕਟੋਰਲ ਅਫਸਰ ਔਰ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹਦੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਜੀ ਇਹ ਜਿਹੜਾ ਸਾਰੇ ਜਿਹੜੇ ਪੋਸਟਰ ਨੇ ਵੀਡੀਓਜ਼ ਨੇ ਇਹਨਾਂ ਨੂੰ ਤੁਰੰਤ ਜਿਹੜਾ ਹੈਗਾ ਉਹ ਵਿਡਰਾਅ ਕੀਤਾ ਜਾਣਾ ਚਾਹੀਦਾ ਔਰ ਜਿਹੜੀ ਕਾਂਗਰਸ ਆ ਉਹ ਇਮੀਡੀਏਟਲੀ ਇੱਕ ਅਪੋਲੋਜੀ ਕਰੇ ਪਬਲਿਕ ਅਪੋਲੋਜੀ ਕਰੇ ਲੋਕਾਂ ਦੇ ਕੋਲ। ਵਾਸੂ ਜੀ ਯਾਦ ਹੋਣਾ ਕਿ 2014 ਦੀਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਬਿਕਰਮ ਸਿੰਘ ਮਜੀਠੀਆ ਅਰੁਣ ਜੇਤਲੀ ਦੀ ਜਿਹੜੀ ਮੁਹਿੰਮ ਸੀ ਜਿਹੜੀ ਕੈਂਪੇਨ ਸੀ ਉਹਦੀ ਕਮਾਨ ਸੰਭਾਲੀ ਹੋਈ ਸੀ ਤੇ ਬਿਕਰਮ ਸਿੰਘ ਮਜੀਠੀਆ ਕੋਲੋਂ ਵੀ ਇੱਕ ਇਹੋ ਜਿਹੀ ਕੁਤਾਹੀ ਹੋ ਗਈ ਸੀ ਇੱਕ ਤੇ ਉੱਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਜਿਹੜਾ ਸੀ ਦੇਹ ਸੇਵਾ ਵਰ ਮੋਹੇ ਉਹਦੇ ਵਿੱਚ ਉਹਨੂੰ ਵਰਤਦੇ ਹੋਏ ਉਹਨਾਂ ਨੇ ਕਿਹਾ ਸੀ ਨਿਸ਼ਚੈ ਕਰ ਜੇਤਲੀ ਕੀ ਜੀਤ ਕਰੂੰ। ਉਹਦਾ ਅਕਾਲ ਤਖ਼ਤ ਨੇ ਬਹੁਤ ਸਖ਼ਤ ਨੋਟਿਸ ਲਿਆ ਸੀ ਬਿਕਰਮ ਮਜੀਠੀਆ ਨੂੰ ਤਲਬ ਕੀਤਾ ਸੀ ਔਰ ਬਿਕਰਮ ਮਜੀਠੀਆ ਦੇ ਉੱਤੇ ਉਦੋਂ ਤਨਖਾਹ ਵੀ ਲੱਗੀ ਸੀ। ਸੋ ਇੱਕ ਤਾਂ ਇਹ ਹੋ ਗਿਆ ਦੂਸਰੇ ਪਾਸੇ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਐਡਵੋਕੇਟ ਧਾਮੀ ਉਹਨਾਂ ਨੇ ਇੱਕ ਹੋਰ ਗੱਲ ਦੇ ਉੱਤੇ ਵੀ ਇਤਰਾਜ਼ ਜਤਾਇਆ ਕਿ ਪਿਛਲੇ ਦਿਨੀ ਮਲੇਰਕੋਟਲਾ ਦੇ ਵਿੱਚ ਜਿਹੜੇ ਪੰਜਾਬ ਦੀ ਮੰਤਰੀ ਨੇ ਰਜ਼ੀਆ ਸੁਲਤਾਨਾ ਉਹਨਾਂ ਦੇ ਪਤੀ ਜੋ ਮੁਹੰਮਦ ਮੁਸਤਫਾ ਜੋ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਔਰ ਇੱਕ ਰਿਟਾਇਰਡ ਡੀ ਜੀ ਪੀ ਲੈਵਲ ਦੇ ਅਫਸਰ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੇ ਬਾਰੇ ਬੇਸ਼ੱਕ ਕਿਸੇ ਉਸ ਤੋਂ ਪਹਿਲਾਂ ਕਾਫੀ ਕਿਹਾ ਬਈ ਜਿਹੜੀ ਹੈਗੀ ਆ ਬੜੀ ਰਿਸਪੈਕਟੇਬਲ ਆ ਸਾਰਾ ਕੁਛ ਉਹਨਾਂ ਨੇ ਕਿਹਾ ਪਰ ਇੱਕ ਕਿਤਾਬ ਕਿਹਾ ਵੀ ਧਾਰਮਿਕ ਕਿਤਾਬ ਹੈ ਇਹਦੇ ਉੱਤੇ ਵੀ ਸਖ਼ਤ ਇਤਰਾਜ਼ ਐਸ ਜੀ ਪੀ ਸੀ ਨੂੰ ਹੋਇਆ। ਐਸ ਜੀ ਪੀ ਸੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਨਾਲ ਤੁਲਨਾ ਕਰਨੀ ਜਿਹੜੀ ਹੈਗੀ ਆ ਉਹ ਇੱਕ ਬੇਅਦਬੀ ਦੇ ਬਰਾਬਰ ਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਦਸਵੇਂ ਪਾਤਸ਼ਾਹ ਨੇ ਗੁਰੂ ਦਾ ਦਰਜਾ ਦਿੱਤਾ ਹੋਇਆ ਉਹ ਕਿਤਾਬ ਨਹੀਂ ਹੈ। ਸੋ ਇਹ ਸਿੱਖਾਂ ਦੇ ਵਾਸਤੇ ਜਿਹੜੀ ਹੈਗੀ ਆ ਬਹੁਤ ਹੀ ਜਿਹੜੀ ਉਹਨਾਂ ਦੇ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਹਰਟ ਕਰਦੀ ਆ ਤੇ ਉਹਨਾਂ ਨੇ ਮੁਹੰਮਦ ਮੁਸਤਫਾ ਨੂੰ ਕਿਹਾ ਕਿ ਆ ਤਾਂ ਤੁਰੰਤ ਪਬਲਿਕ ਅਪੋਲੋਜੀ ਉਹ ਵੀ ਮੰਗਣ ਨਹੀਂ ਤਾਂ ਇਸ ਦੇ ਉੱਤੇ ਲੀਗਲ ਕਾਰਵਾਈ ਕਰਨ ਦੇ ਉੱਤੇ ਐਸ ਜੀ ਪੀ ਸੀ ਮਜਬੂਰ ਹੋਏ। ਪੰਦੇਰ ਸਾਹਿਬ ਜਿਹੜਾ ਨਵਜੋਤ ਸਿੰਘ ਸਿੱਧੂ ਦਾ 1988 ਵਾਲਾ ਰੋਡ ਰੇਜ ਮਾਮਲਾ ਹੈ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਵੱਲੋਂ ਇੱਕ ਰਿਵਿਊ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਹੈ ਜੀ। ਬਿਲਕੁਲ ਆਪਣਾ ਵਾਸੂ ਜੀ ਇਹ ਕੇਸ ਨਵਜੋਤ ਸਿੱਧੂ ਵਾਸਤੇ ਵੀ ਮੁਸੀਬਤਾਂ ਸਾਹਮਣੇ ਲੈ ਕੇ ਆ ਰਿਹਾ। ਨਵਜੋਤ ਸਿੱਧੂ ਜੋ ਖੁਦ ਅੱਜ ਕੱਲ ਜੰਮੂ ਗਏ ਹੋਏ ਆ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਗਏ ਆ ਉਹਦੇ ਉੱਥੇ ਆਪਣੀ ਉਹਨਾਂ ਦਾ ਜਿਹੜੇ ਕਹਿੰਦੇ ਬਲੈਸਿੰਗਸ ਲੈਣ ਗਏ ਆ ਫੋਟੋਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੈਲੀਕਾਪਟਰ ਦੇ ਨਾਲ ਖੜਿਆਂ ਦੀ ਆ ਰਹੀਆਂ ਨੇ ਪਰ ਜਿਹੜਾ ਸੀ ਬਿਲਕੁਲ ਸੁਪਰੀਮ ਕੋਰਟ ਨੇ ਅੱਜ ਇੱਕ ਪਟੀਸ਼ਨ ਆ ਰਿਵਿਊ ਪਟੀਸ਼ਨ ਆ ਕਾਫੀ ਦੇਰ ਦੀ ਪਈ ਆ ਉਹ ਸ਼ੁਰੂ ਕਰਨੀ ਆ ਕਿ 2018 ਦੇ ਵਿੱਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਜਿਹੜਾ ਇਹ ਪੁਰਾਣਾ 34 ਸਾਲ ਪੁਰਾਣਾ ਕੇਸ ਆ ਮੈਂ ਥੋੜ੍ਹਾ ਦਰਸ਼ਕਾਂ ਨੂੰ ਇਸ ਦੇ ਵਿੱਚ ਪਹਿਲਾਂ ਲੈ ਜਾਵਾਂ 34 ਸਾਲ ਪਹਿਲਾਂ ਪਟਿਆਲੇ ਦੇ ਵਿੱਚ ਜਿੱਥੇ ਨਵਜੋਤ ਸਿੱਧੂ ਦੀ ਰਿਹਾਇਸ਼ ਹੈ ਉਦੋਂ ਸਿਆਸਤ ਦੇ ਵਿੱਚ ਉਹ ਸਰਗਰਮ ਨਹੀਂ ਸੀ ਉਦੋਂ ਕ੍ਰਿਕਟਰ ਸੀਗੇ ਉਦੋਂ ਇੱਕ 65 ਸਾਲ ਦੇ ਗੁਰਨਾਮ ਸਿੰਘ ਦੇ ਨਾਲ ਸੜਕ ਦੇ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਕਿਹਾ ਸੁਣੀ ਹੋ ਗਈ ਤੇ ਹੱਥਾਪਾਈ ਵੀ ਹੋ ਗਈ ਉਹਦੇ ਵਿੱਚ ਗੁਰਨਾਮ ਸਿੰਘ ਉਹਨਾਂ ਦੀ ਮੌਤ ਹੋ ਗਈ ਤਾਂ ਕੇਸ ਚੱਲਿਆ ਜਿਹੜੀ ਸੀਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਜਿਹੜਾ ਸੀ 2 ਸਾਲ ਦੀ ਸਜ਼ਾ ਦਿੱਤੀ ਸੀ ਤੋ ਜੋ ਉਹਦੇ ਵਿੱਚ ਜਿਹੜਾ ਸੀ ਸਾਰੇ ਦਾ ਸਾਰੀ ਉਹਦੀ ਕਨਵਿਕਸ਼ਨ ਪੂਰੀ ਕੀਤੀ ਸੀ ਔਰ 2 ਸਾਲ ਦੀ ਜੇਲ੍ਹ ਦੇ ਬਾਰੇ ਕਿਹਾ ਸੀ
ਫਿਰ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ। 2018 ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਉਹ ਜੇਲ੍ਹ ਦੀ ਸੀਗੀ ਉਹਨਾਂ ਨੂੰ ਜਿਹੜਾ ਕਲਪੇਬਲ ਹੋਮੋਸਾਈਡ ਜਿਸ ਨੂੰ ਕਹਿੰਦੇ ਆ ਗੈਰ ਅਰਾਧਤਨ ਹੱਤਿਆ ਦਾ ਜਿਹੜਾ ਕੇਸ ਸੀ ਉਹਨੂੰ ਤਾਂ ਰੱਦ ਕਰਤਾ, ਉਹਨੂੰ ਇੱਕ ਰੋਜ ਰੇਡ ਦਾ ਹੀ ਇੰਸੀਡੈਂਟ ਬਣਾਇਆ ਤੇ ਉਹਦੇ ਚ ਉਹਨਾਂ ਨੂੰ ਕਿਹਾ ਕਿ ਤੁਸੀਂ ਔਰ ਇੱਥੇ ਤੱਕ ਸਾਬਤ ਹੋ ਗਿਆ ਕਿ ਸਿੱਧੂ ਨੇ ਜਿਹੜੀ ਵਕੀਲ ਸੀ ਉਹਨਾਂ ਦੀ ਗੱਲ ਕਿ ਜਿਹੜੇ ਗੁਰਨਾਮ ਸਿੰਘ ਸੀ ਉਹ ਹੱਥੋਂ ਪਾਈ ਕਰਕੇ ਨਹੀਂ ਹਾਰਟ ਅਟੈਕ ਕਰਕੇ ਮਰੇ ਸੀ। ਸੋ ਉਹਨਾਂ ਦਾ ਸਿੱਧੂ ਨੂੰ 1,000 ਰੁਪਏ ਦਾ ਜੁਰਮਾਨਾ ਕਰਕੇ ਛੱਡ ਦਿੱਤਾ ਸੀ। ਗੁਰਨਾਮ ਸਿੰਘ ਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕੁਆਂਟਮ ਆਫ ਜਿਹੜੀ ਪਨਿਸ਼ਮੈਂਟ ਹੈ ਉਹਨੂੰ ਜਿਹੜਾ ਸੀ ਚੈਲੰਜ ਕੀਤਾ ਅਤੇ ਉਹ ਕਿਹਾ ਜੀ ਇਹ ਇੱਕ ਇਨਫਲੂਐਂਸ਼ੀਅਲ ਆਦਮੀ ਹੈ, ਇਹਨੇ ਜੀ ਸਿਸਟਮ ਨੂੰ ਤੋੜਿਆ ਮਰੋੜਿਆ ਔਰ ਇਹ ਜਸਟਿਸ ਜਿਹੜਾ ਬੰਦਾ ਮਰ ਗਿਆ ਔਰ ਉਹਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੁੰਦਾ ਇੱਕ ਛੋਟੀ ਕੁਆਂਟਮ ਦੇ ਨਾਲ ਔਰ ਉਹ ਰਿਵਿਊ ਪਟੀਸ਼ਨ ਹੁਣ ਇਹ ਦੇਖਦੇ ਹਾਂ ਜੀ। ਕਾਫੀ ਹੁਣ ਪੁਰਾਣੇ ਕੇਸ ਆ ਰਹੇ ਆ, ਬਿਕਰਮ ਮਜੀਠੀਆ ਦੇ ਖਿਲਾਫ 16 ਸਾਲ ਪੁਰਾਣਾ ਕੇਸ ਆ ਗਿਆ, ਉਸੇ ਤਰ੍ਹਾਂ ਸਿਮਰਜੀਤ ਬੈਂਸ ਦੇ ਖਿਲਾਫ 7-8 ਸਾਲ ਪੁਰਾਣਾ ਕੇਸ ਸਾਹਮਣੇ ਆ ਰਿਹਾ। ਪੋਲੀਟੀਸ਼ੀਅਨ ਦੇ ਸਾਹਮਣੇ ਸੁਪਰੀਮ ਕੋਰਟ ਦੇ ਜਿਹੜੇ ਕੇਸਿਸ ਨੇ ਉਹ ਆ ਰਹੇ ਨੇ। ਸੁਮੇਧ ਸੈਣੀ ਦਾ ਜਿਹੜਾ ਸੈਣੀ ਮਰਡਰ ਕੇਸ ਆ ਉਹ ਬੜੀ ਦੇਰ ਦਾ ਚੱਲੀ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ। ਸੋ ਦੇਖਦੇ ਜੀ ਆਉਣ ਵਾਲੇ ਦਿਨਾਂ 'ਚ ਇਹ ਸੁਪਰੀਮ ਕੋਰਟ ਇਹਨਾਂ ਕੇਸਿਸ ਜਿਹੜੇ ਹਾਈ ਪ੍ਰੋਫਾਈਲ VIP ਕੇਸਿਸ ਨੇ ਇਹਨਾਂ ਦੇ ਬਾਰੇ ਕੀ ਰੋਖ ਲੈਂਦੀ ਆ, ਕਿੰਨੀਆਂ ਕੁ ਹੋਰ ਸੁਰਖੀਆਂ ਬਣਨਗੀਆਂ, ਕਿੰਨੀ ਕੁ ਦੇਰ ਹੋਰ ਬਣਨਗੀਆਂ, ਨਿਆਂ ਕਦੋਂ ਕੁ ਮਿਲੇਗਾ, ਇਹ ਵੱਡੇ ਸਵਾਲ ਸਾਡੇ ਲੋਕਾਂ ਦੇ ਸਾਹਮਣੇ ਹਮੇਸ਼ਾ ਬਣੇ ਰਹਿਣਗੇ ਜੀ। ਪੰਦੇਰ ਸਾਹਿਬ, ਹੁਣ ਸੁਨੀਲ ਜਾਖੜ ਨੇ ਆਪਣੀ ਪੜਾਸ ਕੱਢੀ ਹੈ, ਉਹ ਕਹਿੰਦੇ ਵੀ 42 MLA ਚਾਹੁੰਦੇ ਸੀ ਕਿ ਮੈਂ CM ਬਣਾ, ਪਰ ਪਾਰਟੀ ਨੇ ਕਹਿੰਦੇ ਚਰਨਜੀਤ ਚੰਨੀ ਨੂੰ ਬਣਾ ਦਿੱਤਾ। ਵਾਸੂ ਜੀ, ਅਸੀਂ ਆਮ ਤੌਰ 'ਤੇ ਜਦੋਂ ਗੱਲਾਂ ਕਰਦੇ ਹਾਂ ਨਾ, ਕਈਆਂ ਨੇ ਅਸੀਂ ਕਹਿ ਦਿੰਦੇ ਹਾਂ ਉਹਦੀ ਕੁਰਸੀ ਦੇ ਥੱਲੇ ਸਟੋਵ ਬਾਲਤਾ। ਸੁਨੀਲ ਜਾਖੜ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਕਾਫੀ ਲੰਮਾ ਚਿਰ, ਉਹਨਾਂ ਨੇ ਬਿਲਕੁਲ ਹੀ ਜਿਹੜਾ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਕੁਰਸੀ ਹੇਠਾਂ ਸਟੋਵ ਬਾਲ ਕੇ ਰੱਖਤਾ ਔਰ ਬਹੁਤ ਹੀ ਜਿਹੜਾ ਤਿੱਖਾ ਜਿਹੜਾ ਹਮਲਾ ਕੀਤਾ ਜੀ ਹਾਈਕਮਾਂਡ 'ਤੇ ਤਾਂ ਨਹੀਂ ਕੀਤਾ, ਪਰ ਜਿਹੜੇ ਐਡਵਾਈਜ਼ਰਸ ਨੇ ਹਾਈਕਮਾਂਡ ਦੇ, ਸਪੈਸ਼ਲੀ ਗਾਂਧੀ ਪਰਿਵਾਰ ਦੇ ਜਿਹੜੇ ਐਡਵਾਈਜ਼ਰ ਜੋ ਦਿੱਲੀ 'ਚ ਬੈਠੇ ਆ, ਉਹਨਾਂ ਦੇ ਉੱਤੇ ਬਹੁਤ ਤਿੱਖਾ ਕੀਤਾ ਅਤੇ ਉਹਨਾਂ ਨੇ ਕਿਹਾ ਜਿਹੜਾ ਪੰਜਾਬ ਦਾ ਸੈਕੂਲਰ ਕਰੈਕਟਰ ਆ ਉਹਦੇ ਉੱਤੇ ਵੀ ਉਹਨਾਂ ਨੇ ਜਿਹੜਾ ਵਾਰ ਕੀਤਾ ਇਹਨਾਂ ਜਿਹੜੇ ਐਡਵਾਈਜ਼ਰਸ ਨੇ। ਹੁਣ ਗੱਲ ਇਹ ਆਉਂਦੀ ਹੈ ਕਿ ਕਾਂਗਰਸ ਦਾ ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਇੱਕ ਸਰਵੇ ਚੱਲ ਰਿਹਾ CM ਚਿਹਰਾ ਅਨਾਊਂਸ ਕਰਨ ਦਾ, ਹੁਣ ਪਹਿਲਾਂ ਤਾਂ ਸੀਗਾ ਸ਼ਾਇਦ ਅੱਜ ਸ਼ਾਮ ਉਹਦੀ ਅਨਾਊਂਸਮੈਂਟ ਹੋ ਜੇ, ਪਰ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਹੈ ਕਿ 6 ਤਰੀਕ ਨੂੰ ਰਾਹੁਲ ਗਾਂਧੀ ਇਸ ਦੀ ਅਨਾਊਂਸਮੈਂਟ ਕਰਨਗੇ ਅਤੇ ਇਸੇ ਕਰਕੇ ਕਿਹਾ ਵੀ ਜਾਂਦਾ ਕਿ ਨਵਜੋਤ ਸਿੱਧੂ ਥੋੜ੍ਹੀ ਜਿਹੀ ਬੈਕਫੁੱਟ 'ਤੇ ਜਾ ਰਹੇ ਆ ਕਿਉਂਕਿ ਜ਼ਿਆਦਾ ਜਿਹੜਾ ਰੁਝਾਨ ਹੈ ਉਹ ਚੰਨੀ ਦਾ, ਉਹ ਅੱਗੇ ਜਾ ਕੇ ਵੀ ਗੱਲ ਕਰਾਂਗੇ। ਪਰ ਇਸ ਗੱਲ ਦੇ ਉੱਪਰ ਜਿਹੜਾ ਸਰਵੇ ਚੱਲ ਰਿਹਾ ਟੋਟਲ ਲੋਕਾਂ ਕੋਲੋਂ ਰਾਏ ਲਈ ਜਾ ਰਹੀ ਆ ਕਿ ਪੰਜਾਬ ਦਾ ਚੀਫ ਮਿਨਿਸਟਰ ਅਗਲਾ ਕੌਣ ਹੋਣਾ ਚਾਹੀਦਾ, ਉਹਦੇ ਉੱਪਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਹੁਲ ਗਾਂਧੀ ਦੇ ਉੱਤੇ ਬਹੁਤ ਵੱਡਾ ਕਟਾਕਸ਼ ਕੀਤਾ ਸੀ ਕਿ ਜੀ ਇਹ ਟੋਟਲ ਧੋਖੇਬਾਜ਼ੀ ਆ, ਇਹ ਡਰਾਮੇਬਾਜ਼ੀ ਆ, ਫਾਰਸ ਕਿਹਾ ਸੀਗਾ ਜੀ, ਇਹ ਫਾਰਸ ਖੇਡਿਆ ਜਾ ਰਿਹਾ ਲੋਕਾਂ ਦੇ ਨਾਲ। ਤੋ ਅੱਜ ਸੁਨੀਲ ਜਾਖੜ ਉਹਨਾਂ ਨੇ ਬਹੁਤ ਤਿੱਖਾ ਹਮਲਾ ਕੀਤਾ ਕਿ ਜੀ ਲੋਕਾਂ MLA ਦੀ ਜਿਹੜੇ ਲੋਕਾਂ ਦੇ ਇਲੈਕਟਿਡ MLA ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਿਆ ਗਿਆ ਸੈਪਟੈਂਬਰ ਦੇ ਵਿੱਚ ਬਤੌਰ ਚੀਫ ਮਿਨਿਸਟਰ, ਅਤੇ MLA ਜਿਹੜੇ ਬੈਠੇ ਸੀ ਸ਼ਾਇਦ 78 MLA 77 MLA ਉੱਥੇ ਬੈਠੇ ਸੀ, ਉਹਨਾਂ ਦੀ ਜਿਹੜੀ ਵੋਟਾਂ ਪਵਾਈਆਂ ਤਾਂ ਉਹਨਾਂ ਦੇ ਵਿੱਚ ਸੁਨੀਲ ਜਾਖੜ ਉਹਨਾਂ ਦਾ ਇਹ ਕਹਿਣਾ ਸੀ ਕਿ 42 ਵੋਟਾਂ ਸੁਨੀਲ ਜਾਖੜ ਦੇ ਨਾਂ 'ਤੇ ਪਈਆਂ, 16 ਨਵਜੋਤ ਸਿੱਧੂ ਨੂੰ ਪਈਆਂ, 12 ਪ੍ਰਨੀਤ ਕੌਰ ਨੂੰ ਪਈਆਂ ਅਤੇ ਸਿਰਫ 2 ਵੋਟਾਂ ਚਰਨਜੀਤ ਚੰਨੀ ਨੂੰ ਪਈ, ਅਤੇ ਹਾਈ ਕਮਾਂਡ ਨੇ ਚੱਕ ਕੇ ਚੰਨੀ ਨੂੰ ਬਣਾ ਦਿੱਤਾ ਔਰ ਉਹ ਕਹਿੰਦੇ ਜੀ ਮੈਨੂੰ ਇਹ ਤਾਂ ਕਹਿ ਦਿੰਦੇ ਵੀ ਤੂੰ MLA ਨਹੀਂ ਹੈਗਾ ਇਸ ਲਈ ਅਸੀਂ ਤੈਨੂੰ ਚੀਫ ਮਿਨਿਸਟਰ ਨਹੀਂ ਬਣਾ ਸਕਦੇ, ਪਰ ਉਹ ਵੀ ਗੱਲ ਨਹੀਂ ਬਣਦੀ ਕਿਉਂਕਿ ਸਿਰਫ 4 ਮਹੀਨੇ ਰਹਿ ਗਏ ਜਿਹੜਾ MLA ਨੇ। ਹੁਣ ਤੁਸੀਂ ਵੈਸਟ ਬੰਗਾਲ 'ਚ ਦੇਖੋ ਮਮਤਾ ਬੈਨਰਜੀ ਚੋਣਾਂ ਹਾਰ ਗਈ ਸੀ ਪਰ ਫਿਰ ਵੀ ਉਹਨੂੰ ਚੀਫ ਮਿਨਿਸਟਰ ਬਣਾਇਆ, ਉਹ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇੱਕ ਕਾਨੂੰਨੀ ਪ੍ਰੋਵੀਜ਼ਨ ਜੀ ਕਿ ਤੁਸੀਂ ਜੇ ਇਲੈਕਸ਼ਨ ਜੇ ਤੁਸੀਂ ਚੀਫ ਮਿਨਿਸਟਰ ਬਣ ਗਏ ਹੋ ਜਾਂ ਮੰਤਰੀ ਬਣ ਗਏ ਹੋ ਤਾਂ ਤੁਸੀਂ 6 ਮਹੀਨਿਆਂ ਦੇ ਅੰਦਰ ਅੰਦਰ ਆਪ ਇਲੈਕਟ ਹੋਣਾ ਹੁੰਦਾ ਚਾਹੇ ਕੇਂਦਰ ਦੇ ਵਿੱਚ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ, ਔਰ ਉਹ ਵੀ ਨਹੀਂ ਸੀ ਗੱਲ ਕਰਦੀ ਕਿਉਂਕਿ 4 ਮਹੀਨਿਆਂ 'ਚ ਤਾਂ ਇਲੈਕਸ਼ਨਾਂ ਹੋ ਹੀ ਜਾਣੀਆਂ ਸੀ, ਚੋਣਾਂ ਹੋ ਜਾਣੀਆਂ ਸੀ, ਤਾਂ ਸੁਨੀਲ ਜਾਖੜ ਨੂੰ ਚੀਫ ਮਿਨਿਸਟਰ ਬਣਾਇਆ ਜਾ ਸਕਦਾ। ਫਿਰ ਜਿਹੜੇ ਉਹ ਐਡਵਾਈਜ਼ਰ ਨੇ ਉਹਨਾਂ ਨੇ ਕਿਹਾ ਇਸ ਲਈ ਨਹੀਂ ਬਣਾਇਆ ਜਾਂਦਾ ਕਿਉਂਕਿ ਸੁਨੀਲ ਜਾਖੜ ਜਿਹੜੇ ਹੈਗੇ ਆ ਉਹ ਸਿੱਖ ਨਹੀਂ ਹੈਗੇ,
ਔਰ ਹਿੰਦੂ ਪੰਜਾਬੀ ਹਿੰਦੂ ਆ ਉਹ ਕਹਿੰਦੇ ਜੀ ਇਹ ਇੱਕ ਪੂਰੇ ਦੇ ਪੂਰੇ ਭਾਈਚਾਰੇ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਅਪਸੈਟ ਕੀਤਾ ਔਰ ਇਸ ਤੋਂ ਬਾਅਦ ਹੁਣ ਉਹ ਕਹਿ ਰਹੇ ਜੀ ਕਿ ਹੁਣ ਇੱਕ ਦਲਿਤ ਚੀਫ ਮਿਨਿਸਟਰ ਨੂੰ ਬਣਾਇਆ ਇੱਕ ਦਲਿਤ ਨੂੰ ਚੀਫ ਮਿਨਿਸਟਰ ਬਣਾਇਆ ਤੇ ਹੁਣ ਉਹਦੇ ਬਾਰੇ ਵੀ ਤੁਸੀਂ ਸਵਾਲ ਪੁੱਛਣੇ ਸ਼ੁਰੂ ਕਰਤੇ ਤੇ ਉਹਦੀ ਅਥਾਰਟੀ ਨੂੰ ਵੀ ਕੁਐਸਚਨ ਕਰ ਰਹੇ ਹੋ ਤੇ ਉਹ ਬਈ ਤੁਸੀਂ ਜਦੋਂ ਜੰਗ ਚ ਹੁੰਦੇ ਹੋ ਕਹਿੰਦੇ ਇਨ ਵਾਰ ਜਿਹੜੇ ਹੈਗੇ ਤੁਸੀਂ ਮਿਡਵੇ ਆਪਣੇ ਘੋੜੇ ਬਦਲਣ ਦੀ ਕੋਸ਼ਿਸ਼ ਕਰਨ ਦੀ ਲੱਗੇ ਹੋਏ ਹੋ ਇਹ ਕਿੱਥੇ ਦੀ ਸਿਆਣਪ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਚੀਫ ਮਿਨਿਸਟਰ ਦਾ ਚਿਹਰਾ ਚੰਨੀ ਨੂੰ ਹੀ ਪ੍ਰੈਜੈਂਟ ਕਰੋ ਤੇ ਜੇ ਸਾਡੀ ਸਰਕਾਰ ਬਣਦੀ ਹੈ ਚੰਨੀ ਹੀ ਚੀਫ ਮਿਨਿਸਟਰ ਸਹੁੰ ਚੁੱਕਣ ਤੇ ਜੇ ਚੰਨੀ ਕਾਰਗੁਜ਼ਾਰੀ ਨਹੀਂ ਠੀਕ ਹੈਗੀ ਤਾਂ ਫਿਰ ਬਦਲਿਆ ਵੀ ਜਾ ਸਕਦਾ ਉਦੋਂ ਬਾਅਦ ਚੋਂ ਪਰ ਚੰਨੀ ਨੂੰ ਚਾਂਸ ਮਿਲਣਾ ਚਾਹੀਦਾ ਪੂਰੇ ਟਾਈਮ ਦੇ ਵਾਸਤੇ ਸੋ ਇਹ ਇਸ ਦਾ ਜਿਹੜਾ ਸੁਨੀਲ ਜਾਖੜ ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਆਈ ਆ ਬੜੀ ਜਿਹੜੀ ਕਾਫੀ ਭਾਵੁਕ ਵੀ ਹੋਈ ਆ ਕਈ ਜਗ੍ਹਾ ਦੇ ਉੱਪਰ ਉਹਨਾਂ ਨੇ ਕੁਛ ਟੀਵੀ ਚੈਨਲ ਦੇ ਉੱਤੇ ਗੱਲ ਕੀਤੀ ਆ ਤੇ ਔਰ ਕੁਛ ਅਖਬਾਰਾਂ ਦੇ ਨਾਲ ਵੀ ਗੱਲ ਕੀਤੀ ਆ ਉਸ ਤੋਂ ਬਾਅਦ ਜਿਹੜਾ ਸੀ ਰਿਐਕਸ਼ਨ ਜਿਹੜਾ ਅਕਾਲੀ ਦਲ ਵੱਲੋਂ ਸਪੈਸ਼ਲੀ ਬਿਕਰਮ ਮਜੀਠੀਆ ਕਿਉਂਕਿ ਹੁਣ ਹੁਣ ਤਾਂ ਵਾਸੂ ਜੀ ਬੜੀ ਕਮਾਲ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬੇਸ਼ੱਕ ਅਕਾਲੀ ਦਲ ਆਪਣਾ ਪੁਰਾਣੀ ਪੋਲੀਟੀਕਲ ਪਾਰਟੀ ਆ ਉਹਨਾਂ ਦੇ ਪ੍ਰਧਾਨ ਜਿਹੜੇ ਹੈਗੇ ਜਲਾਲਾਬਾਦ ਤੋਂ ਲੜ ਰਹੇ ਆ ਉਹਨਾਂ ਦੇ ਜਿਹੜੇ ਪੈਟਰਨ ਨੇ ਪੰਜ ਵਾਰੀ ਮੁੱਖ ਮੰਤਰੀ ਨੇ ਉਹ ਲੰਬੀ ਤੋਂ ਲੜ ਰਹੇ ਆ ਹੋਰ ਕਈ ਲੀਡਰ ਕਈ ਕਈ ਸੀਟਾਂ ਤੋਂ ਲੜ ਰਹੇ ਪਰ ਗੱਲ ਜਿਹੜੀ ਫੋਕਸ ਆ ਉਹ ਅੰਮ੍ਰਿਤਸਰ ਈਸਟ ਤੇ ਆ ਕਿਉਂਕਿ ਸਭ ਤੋਂ ਵੱਡੀ ਜਿਹੜੀ ਆ ਕੰਟੈਸਟ ਉੱਥੇ ਹੀ ਆ ਸੋ ਰਿਐਕਸ਼ਨ ਵੀ ਲੋਕੀ ਹੁਣ ਬਿਕਰਮ ਮਜੀਠੀਆ ਦਾ ਹੀ ਲੈਂਦੇ ਆ ਸੋ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਸੁਨੀਲ ਜਾਖੜ ਦਾ ਬਿਆਨ ਹੈ ਉਹ ਦਰਸਾਉਂਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਕਿਹੋ ਜਿਹੀ ਆ ਉਹ ਉਹਨਾਂ ਨੇ ਬਿਕਰਮ ਮਜੀਠੀਆ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਫੌਜ ਚੜਾ ਕੇ ਉਹਨਾਂ ਨੇ ਸਿੱਖਾਂ ਦੇ ਹਿਰਦੇ ਵਲੂੰਦਰੇ ਫਿਰ ਜੀ ਜਾਖੜ ਨੂੰ ਹਟਾ ਸੀਐਮ ਨਾ ਬਣਨ ਦਾ ਉਹ ਹਿੰਦੂ ਭਾਈਚਾਰੇ ਦੇ ਖਿਲਾਫ ਵੀ ਗਏ ਤੇ ਜਿਹੜਾ ਹੁਣ ਚਰਨਜੀਤ ਚੰਨੀ ਦੀ ਵੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਕਦੇ ਕੋਈ ਕਰਦਾ ਕਿਸੇ ਤਰੀਕੇ ਕਦੇ ਕਿਸੇ ਤਰੀਕੇ ਉਹਨਾਂ ਨੂੰ ਕੰਮ ਨਾ ਕਰਨ ਦਾ ਤਾਂ ਜਿਹੜਾ ਹੈਗਾ ਸ਼ਡਿਊਲ ਕਾਸਟ ਜਾਂ ਦਲਿਤ ਭਾਈਚਾਰੇ ਦੇ ਨਾਲ ਵੀ ਕਾਂਗਰਸ ਦਾ ਵਤੀਰਾ ਜਿਹੜਾ ਹੈ ਕੋਈ ਬੜਾ ਵਧੀਆ ਨਹੀਂ ਸੋ ਜਿਹੜੀ ਇਹ ਇੱਕ ਜਿਹੜੀ ਹੁਣ ਜੋ ਆਮ ਆਦਮੀ ਪਾਰਟੀ ਨੇ ਰਵਾਇਤ ਸ਼ੁਰੂ ਕੀਤੀ ਆ ਲੋਕਾਂ ਵੱਲੋਂ ਇੱਕ ਸਰਵੇ ਲੈ ਕੇ ਚੀਫ ਮਿਨਿਸਟਰ ਚੁਣਨ ਦੀ ਜੋ ਕਾਂਗਰਸ ਨੇ ਉਸ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਉਹਨਾਂ ਨੂੰ ਫੇਰ ਚਾਹੇ ਟਿਕਟਾਂ ਦੀ ਵੰਡ ਹੋਵੇ ਚਾਹੇ ਇਹੋ ਜਿਹੇ ਸਰਵੇ ਦੀ ਗੱਲ ਹੋਵੇ ਕਾਂਗਰਸ ਨੂੰ ਹਰੇਕ ਜਗ੍ਹਾ ਦੇ ਉੱਤੇ ਵਿਰੋਧ ਦਾ ਅੰਤਰ ਵਿਰੋਧ ਜਿਹੜਾ ਹੈਗਾ ਅੰਦਰੋਂ ਵਿਰੋਧ ਦਾ ਬਹੁਤ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਔਰ ਕਾਂਗਰਸ ਜੋ ਨਵਜੋਤ ਸਿੱਧੂ ਨੇ ਪਿਛਲੇ ਜਿਹੇ ਦਿਨਾਂ 'ਚ ਇੱਕ ਬਿਆਨ ਦਿੱਤਾ ਸੀ ਕਿ ਕਾਂਗਰਸ ਨੂੰ ਕਾਂਗਰਸ ਨੇ ਹੀ ਹਰਾਉਣਾ ਲੱਗਦਾ ਉਹ ਸੱਚ ਹੋ ਜੂਗਾ ਜੀ ਪੰਦੇਰ ਸਾਹਿਬ ਹੁਣ ਉੱਤਰਾਖੰਡ ਵਿੱਚ ਵੀ ਚੋਣਾਂ ਹੋਣੀਆਂ ਨੇ ਅਤੇ ਕਾਂਗਰਸ ਹਾਈ ਕਮਾਂਡ ਦਾ ਇਹ ਕਹਿਣਾ ਵੀ ਕਹਿੰਦੇ ਸਾਨੂੰ ਉੱਥੇ ਪ੍ਰਚਾਰ ਕਰਨ ਲਈ ਚਰਨਜੀਤ ਚੰਨੀ ਦੀ ਤਾਂ ਲੋੜ ਪੈਣੀ ਹੈ ਪਰ ਜਿਹੜੀ ਸਟਾਰ ਕੈਂਪੇਨਰਸ ਦੀ ਸੂਚੀ ਹੈ ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਨਾਮ ਬਾਹਰ ਰੱਖਿਆ ਗਿਆ ਬਿਲਕੁਲ ਇਹ ਬੜੀ ਹੈਰਾਨੀ ਦੀ ਗੱਲ ਹੈ ਅਤੇ ਇਹੀ ਕਿਹਾ ਜਾਂਦਾ ਕਿ ਨਵਜੋਤ ਸਿੱਧੂ ਪਿਛਲੇ ਦਿਨਾਂ 'ਚ ਆਪਣਾ ਥੋੜ੍ਹਾ ਜਿਹਾ ਵਾਪਸ ਆਏ 30 ਲੀਡਰਸ ਦਾ ਨਾਮ ਆਇਆ ਜਿਸ 'ਚ ਸੋਨੀਆ ਗਾਂਧੀ ਮਨਮੋਹਨ ਸਿੰਘ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਵਗੈਰਾ ਹੈਗੇ ਆ ਉਹ ਸਟਾਰ ਕੈਂਪੇਨਰਸ ਨੇ ਉੱਤਰਾਖੰਡ ਵਾਸਤੇ ਔਰ ਉਹਨਾਂ ਦੇ ਵਿੱਚ ਜਿਹੜੇ ਹੈਗੇ ਸਚਿਨ ਪਾਇਲਟ ਭੁਪੇਸ਼ ਭਗੇਲ ਰਣਦੀਪ ਸੂਰਜੇਵਾਲਾ ਹੋਰ ਵੀ ਹੈਗੇ ਆ ਪਰ ਪੰਜਾਬ ਦੇ ਵਿੱਚੋਂ ਜਿਹੜਾ ਸੀ ਕਿਸੇ ਟਾਈਮ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਦੇ ਹੁੰਦੇ ਸੀ ਅਤੇ ਹੁਣ ਚਰਨਜੀਤ ਚੰਨੀ ਨੂੰ ਉਹਨਾਂ ਨੇ ਉੱਥੋਂ ਭੇਜਿਆ ਚਰਨਜੀਤ ਚੰਨੀ ਬੇਸ਼ੱਕ ਖੁਦ ਦੋ ਜਗ੍ਹਾ ਤੋਂ ਚੋਣਾਂ ਲੜ ਰਹੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਕਾਫੀ ਲੋੜ ਆ ਪਰ ਉਹਨਾਂ ਨੂੰ ਉਹਨਾਂ ਦੀ ਲੋੜ ਪਾਰਟੀ ਨੂੰ ਉੱਤਰਾਖੰਡ ਦੇ ਵਿੱਚ ਵੀ ਪੈ ਰਹੀ ਹੈ ਇਸੇ ਕਰਕੇ ਦੂਸਰੇ ਪਾਸੇ ਇਹ ਇੱਕ ਹੋਰ ਇੰਡੀਕੇਟਰ ਹੈ ਜਦੋਂ ਕਿ ਜਿਹੜਾ ਚਰਨਜੀਤ ਚੰਨੀ ਨੂੰ ਦੋ ਜਗ੍ਹਾ ਤੋਂ ਲੜਾਉਣਾ ਫਿਰ ਜਿਹੜਾ ਹੈਗਾ ਬਈ ਪਾਰਟੀ ਉਹਨਾਂ ਨੂੰ ਚਾਹੁੰਦੀ ਹੈ ਫਿਰ ਜਿਹੜਾ ਹੁਣ ਸਰਵੇ ਹੋ ਰਿਹਾ ਉਹਦੇ ਵਿੱਚ ਵੀ ਇਹ ਜਿਹੜੀਆਂ ਅੰਦਰੂਨੀ ਗੱਲਾਂ ਨੇ ਉਹ ਇਹੀ ਹੈ ਕਿ ਜ਼ਿਆਦਾ ਵੋਟਾਂ ਚਰਨਜੀਤ ਚੰਨੀ ਨੂੰ ਹੀ ਪੈ ਰਹੀਆਂ ਨੇ ਕਿ ਉਹ ਮੁੱਖ ਮੰਤਰੀ ਚਿਹਰਾ ਹੋਣੇ ਚਾਹੀਦੇ ਆ ਸੋ ਇੱਕ ਹੋਰ ਇੰਡੀਕੇਟਰ ਦਿੱਤਾ ਕਿਉਂਕਿ ਨਵਜੋਤ ਸਿੱਧੂ ਦਾ ਜੋ ਕੰਟਰੋਵਰਸੀਜ਼ ਬਣੀਆਂ ਨੇ ਉਹਨਾਂ ਦੇ ਬੋਲ ਬਾਣੀ ਕਰਕੇ ਜੋ ਕਿਸੇ ਟਾਈਮ ਦੇ ਉੱਤੇ ਉਹਨਾਂ ਦੀ ਓਰੇਟਰੀ ਸਕਿੱਲਸ ਜਿਹੜੇ ਸੀ ਉਹਨਾਂ ਦਾ ਮੇਨ ਸਟੇ ਸੀ ਔਰ ਜਿਹਦੇ ਕਰਕੇ ਮਕਬੂਲੀਅਤ ਵੀ ਮਿਲੀ ਨਵਜੋਤ ਸਿੱਧੂ ਨੂੰ ਉਹੀ ਸ਼ਾਇਦ ਉਹਨਾਂ ਦੇ ਖਿਲਾਫ ਜਾ ਰਹੀ ਹੈ ਅਤੇ ਨਵਜੋਤ ਸਿੱਧੂ ਨੂੰ ਸ਼ਾਇਦ ਕਿਹਾ ਜਾਊਗਾ ਤੁਸੀਂ ਪੰਜਾਬ ਨੂੰ ਹੀ ਸੰਭਾਲੋ ਬਾਹਰ ਅਸੀਂ ਆਪੇ ਦੇਖ ਲਾਂਗੇ ਪੰਦੇਰ ਸਾਹਿਬ ਰਾਏਬਰੇਲੀ ਤੋਂ ਸਾਬਕਾ MLA ਨੇ ਅਦਿੱਤੀ ਸਿੰਘ ਉਹਨਾਂ ਨੇ ਪ੍ਰਿਅੰਕਾ ਗਾਂਧੀ 'ਤੇ ਬੜਾ ਤਿੱਖਾ ਹਮਲਾ ਕੀਤਾ ਕੀ ਗੱਲ ਹੋਈ ਹੈ ਜੀ
वासु जी जिहड़ी नवां शहर कॉन्स्टिट्यूएंसी आ ओह खबर लैनी इस लई जरूरी है डिस्कस करनी क्योंकि इल्जाम सा बड़े लगते हैं रोज लगते हैं हुण चोणां दे विच बेशुमार लगणगे पर इत्थे थोड़ी जी इह एक यूनीक जगह वा और ओह इह आ कि तीन पीढ़ियां दी एक परिवार है और जिहड़े पंजाब दे किसे टाइम ते सिरकड नेता कांग्रेस दे दिलबाग सिंह सैनी उन्हां दा परिवार है जो नवांशहर दे विच उन्हां दी काफी एक्सेप्टेबिलिटी और रिस्पेक्टेबिलिटी बड़ी है जी। उन्हां दे बेटे प्रकाश उन्हां दी देहांत तों बाद उन्हां दा बेटा और फिर उन्हां दी पत्नी और फिर हुण प्रकाश सिंह दा उन्हां दी डेथ तों बाद प्रकाश सिंह दा बेटा अंगद सिंह वी उत्थों MLA सी। अंगद सिंह वालों अज तक कांग्रेस के खिलाफ कोई एक्टिविटी नजर नहीं आई ना ही कोई उन्होंने किसी लैवल उन्होंने पार्टी का कोई डिसिपलिन भंग किया। जेडे अंगद सिंह की जी पत्नी है अदिति सिंह रायबरेली तो कांग्रेस की MLA सी पर उन्होंने किसी लैवल अणबण होगी और उन्होंने पिछे जे अपना इस्तीफा देके प्रियंका गांधी नूं ही वंगार लिया सी कि तू आके रायबरेली मेरे खिलाफ लड़ आपां जिहड़ा तिया पांजा इकट्ठा करे लईए। सो उन्होंने BJP ज्वाइन कर ली सी ते पिछले दिनी अंगद सिंह उन्हां नूं टिकट पंजाब दे विच डिनाई कर दित्ती गई। अंगद सिंह ने डिनाई बतौर इंडिपेंडेंट कागज़ भरे ने तां उहदे विच उन्होंने यह कहा कि मैनू प्रेशराइज किया जा रहा सी कि मैं अपनी पत्नी के खिलाफ बोला ता हुण जिहड़ी है अदिति ने फिर अपना फ्रंट खोलिया उन्होंने झड़ी लाती कल प्रियंका गांधी दे उपर और उन्होंने कहा तुसी मेरे पति नूं इसलिए विक्टिमाइज किया और ना तो मेरी स्टेट च है ते दू अलग अलग स्टेट च है। पिछे जे अंगद सिंह ने तो कहा कि एक साल तो असीं कितें मिले मुले भी नहीं इन्ने बिजी रहे। सो अदिति ने इन्नी गुस्से होके कहा कि नहीं मैं एक बिना बाप तो बेटी हाँ तू प्रियंका गांधी मैनू परेशान कर रही है। बेशक प्रियंका गांधी दे भी फादर भी नहीं रहे ता दूसरे पासे फिर प्रियंका गांधी ने कांग्रेस का स्लोगन जड़ा है उसे वरत के उन्होंने खिलाफ कहा कहिंदी लड़की हूं लड़ सकती हूं कहिंदी मैं भी तुहाडे नाल इस गल दे उत्ते निरंतर लड़ाई रखूंगी। पर यह गल सिर्फ इत्थे नहीं रुकदी वासु जी सानू यह देखने वाली गल है कि ਜਿਹੜਾ ਹੈਗੇ ਆ ਆਪਣੇ ਮਹਿੰਦਰ ਸਿੰਘ KP ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਪਾਰਟੀ ਨੇ ਉਹਨਾਂ ਨੂੰ ਜਿਸ ਤਰ੍ਹਾਂ ਜ਼ਲੀਲ ਕੀਤਾ ਆਦਮਪੁਰ ਸੀਟ ਵਾਸਤੇ ਔਰ ਉਹਨਾਂ ਦੀ ਜਿਹੜਾ ਪਰਿਵਾਰ ਹੈਗਾ ਉਹਨਾਂ ਨੇ ਪਰਿਵਾਰ ਨੇ 11 ਵਾਰੀ ਇਲੈਕਸ਼ਨਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਚਾਹੇ MLA ਦੀਆਂ ਚਾਹੇ MP ਦੀਆਂ ਪਾਈਆਂ ਹੋਣ ਉਹਨਾਂ ਨੂੰ ਇਨਸਲਟ ਕੀਤਾ। ਉਸੇ ਤਰ੍ਹਾਂ ਸਮਰਾਲੇ ਤੋਂ ਤੁਸੀਂ ਇਹ ਦੇਖੋ ਜੀ ਜਿਹੜੇ ਅਮਰੀਕ ਸਿੰਘ ਢਿੱਲੋਂ ਨੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ 4 ਵਾਰੀ ਜਿਹੜੀ ਸੀਟ ਜਿੱਤ ਕੇ ਉਹਨਾਂ ਨੇ ਪਾਰਟੀ ਨੂੰ ਦਿੱਤੀ ਤੇ ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ। ਇਸੇ ਤਰ੍ਹਾਂ ਖਰੜ ਦੀ ਸੀਟ ਦੇ ਉੱਤੇ ਪਹਿਲਾਂ ਮੁਰਿੰਡਾ ਸੀਟ ਕਹਿੰਦੇ ਸੀ ਇਸ ਨੂੰ ਉੱਥੋਂ ਜਗਮੋਹਨ ਕੰਗ ਕਹਿ ਰਿਹਾ ਕਹਿੰਦੇ ਜੀ ਮੈਂ ਜਿਹੜੀਆਂ ਬਹੁਤ ਔਖੀਆਂ ਸਿਚੁਏਸ਼ਨ ਸੀ ਅੱਤਵਾਦ ਦੇ ਦਿਨ ਸੀ ਉਹਨਾਂ ਦਿਨਾਂ ਦੇ ਵਿੱਚ ਇਸ ਏਰੀਏ ਦੀ ਸੇਵਾ ਕੀਤੀ ਆ ਤੇ ਉਹ ਸੇਵਾ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਨੂੰ ਇਗਨੋਰ ਕੀਤਾ ਗਿਆ। ਸੋ ਪਾਰਟੀ ਦੇ ਵਿੱਚ ਇਹ ਸਾਰੀਆਂ ਜਿਹੜੀ ਚੱਲ ਰਿਹਾ ਕੰਮ ਇਹ ਪ੍ਰੋਬਲਮ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਵਾਸਤੇ ਬਹੁਤ ਸੰਕਟ ਦੇ ਦਿਨ ਲੈ ਕੇ ਆਉਣ ਵਾਲਾ ਜੀ। ਪ੍ਰਦੇਸ਼ ਸਾਹਿਬ ਨੂੰ ਇਹ ਖਬਰ ਆ ਰਹੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਵੱਲੋਂ ਆਪਣੀ ਅਗਲੀ ਮੀਟਿੰਗ 'ਚ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਵਿਚਾਰ ਕੀਤਾ ਜਾਏਗਾ। ਇਹ ਬਹੁਤ ਹੀ ਸੈਂਸਿਟਿਵ ਮੁੱਦਾ ਬਣ ਚੁੱਕਿਆ ਹੈ ਜੀ ਕਿ ਦਵਿੰਦਰਪਾਲ ਭੁੱਲਰ 1993 ਦੇ ਵਿੱਚ ਦਿੱਲੀ ਬੰਬ ਬਲਾਸਟ ਜਿਹੜਾ ਸੀ ਮਨਿੰਦਰਜੀਤ ਸਿੰਘ ਬਿੱਟਾ ਦੇ ਉੱਤੇ ਹੋਇਆ ਸੀ ਉਹਦੇ ਵਿੱਚ ਕਈ ਉਹਨਾਂ ਦੇ ਸੁਰੱਖਿਆ ਕਰਮੀ ਮਾਰੇ ਗਏ ਸੀ ਉਹਨਾਂ 'ਚ ਉਹਨਾਂ ਨੂੰ ਸਜ਼ਾ ਮੌਤ ਹੋ ਗਈ ਸੀ ਅਤੇ ਸਜ਼ਾ ਮੌਤ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਜ਼ਾ 2011 ਦੇ ਵਿੱਚ ਜਿਹੜੀ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਇਹ ਕਿਹਾ ਸੀ ਕਿ ਬਾਕੀ ਸਾਰੀ ਜ਼ਿੰਦਗੀ ਤੁਸੀਂ ਜੇਲ੍ਹ 'ਚ ਕੱਟਣੀ। ਪਰ ਦੌਰਾਨ ਉਹਨਾਂ ਦੇ ਜਿਹੜੇ ਮੈਂਟਲ ਹੈਲਥ ਇਸ਼ੂਜ਼ ਹੋ ਗਏ ਕਈ ਪਾਸੇ ਹੋ ਗਏ ਔਰ ਫਿਰ 500 ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਇਆ ਗਿਆ ਉਦੋਂ ਕਈ ਮਾਫੀਆਂ ਕੀਤੀਆਂ ਗਈਆਂ ਔਰ ਬੰਦੀ ਸਿੰਘਾਂ ਵਾਸਤੇ ਵੀ ਇਹ ਕਿਹਾ ਗਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਔਰ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਅਸੀਂ ਰਿਲੀਜ਼ ਕਰਾਂਗੇ। ਦਵਿੰਦਰਪਾਲ ਭੁੱਲਰ ਉਹਨਾਂ ਦਾ ਨਾਂ ਉਸ ਦੇ ਵਿੱਚ ਸੀ ਪਰ ਉਸ ਤੋਂ ਬਾਵਜੂਦ ਵੀ ਹਾਲੇ ਤੱਕ ਰਿਲੀਜ਼ ਨਹੀਂ ਹੋਇਆ।
ਇਹਦੇ ਵਿੱਚ ਹੁਣ ਐਲੀਗੇਸ਼ਨ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਰਿਲੀਜ਼ ਨਹੀਂ ਹੋਣ ਦੇ ਰਹੀ। ਮੈਂ ਆਪਣੇ ਥੋੜ੍ਹਾ ਜਿਹਾ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਜਿਹੜਾ ਇਹਨੂੰ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਵਿੱਚ ਦਿੱਲੀ ਦੇ ਜਿਹੜੇ ਹੋਮ ਮਿਨਿਸਟਰ ਆ ਉਹ ਚੇਅਰਪਰਸਨ ਹੁੰਦੇ ਆ। ਜਿਹੜੀ ਤਿਹਾੜ ਜੇਲ੍ਹ ਆ ਜਿੱਥੇ ਪ੍ਰੋਫੈਸਰ ਭੁੱਲਰ ਨਜ਼ਰ ਬੰਦ ਉੱਥੇ ਬੰਦ ਨੇ ਉਮਰ ਕੈਦ ਕੱਟ ਰਹੇ ਆ ਉਹਦਾ ਡਾਇਰੈਕਟਰ ਜਨਰਲ ਜਿਹੜਾ ਉਹ ਦਿੱਲੀ ਸਰਕਾਰ ਦਾ ਹੋਮ ਸੈਕਟਰੀ, ਫਿਰ ਲਾਅ ਸੈਕਟਰੀ ਅਤੇ ਜਿਹੜਾ ਡਿਸਟ੍ਰਿਕਟ ਜੱਜ ਹੈ ਉਹ, ਫਿਰ ਦਿੱਲੀ ਪੁਲਿਸ ਜਿਹੜੀ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਥੱਲੇ ਆ ਉਹ ਉਹਦਾ ਇੱਕ ਆਫਿਸਰ ਹੁੰਦਾ ਅਤੇ ਡਾਇਰੈਕਟਰ ਜਿਹੜਾ ਹੈਗਾ ਦਿੱਲੀ ਸਰਕਾਰ ਦਾ ਜੋ ਕੇਜਰੀਵਾਲ ਸਰਕਾਰ ਹੈਗੀ ਆ ਉਹਦਾ ਸੋਸ਼ਲ ਵੈਲਫੇਅਰ ਇਹ ਉਹਨਾਂ ਦੇ ਉਹ ਇਹਦੇ ਮੈਂਬਰ ਨੇ। ਇਹ ਬੋਰਡ ਜਿਹੜੀ ਹੈ ਆਪਣੀ ਰਿਪੋਰਟ ਜਾਂ ਸਿਫਾਰਿਸ਼ਾਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੇ ਕੋਲ ਭੇਜਦਾ। ਦਿੱਲੀ ਦਾ ਚੀਫ ਮਿਨਿਸਟਰ ਇਹਦੇ ਉੱਪਰ ਕੋਈ ਆਪਣਾ ਫਾਈਨਲ ਆਰਡਰ ਨਹੀਂ ਦੇ ਸਕਦਾ। ਸੋ ਉਹ ਆਖਰੀ ਫੈਸਲਾ ਜਿਹੜਾ ਹੈਗਾ ਉਹ ਉਸਨੇ ਕਰਨਾ। ਤੋ ਪਿਛਲੀਆਂ ਜਿਹੜੀਆਂ ਦੋ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਜਿਹੜੀ 2020 ਦੇ ਵਿੱਚ ਔਰ 2021 ਦੇ ਜਿਹੜੀਆਂ ਮੀਟਿੰਗਸ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜੀ ਦਿੱਲੀ ਪੁਲਿਸ ਹੈ, ਦਿੱਲੀ ਪੁਲਿਸ ਔਰ ਦਿੱਲੀ ਸੋਸ਼ਲ ਵੈਲਫੇਅਰ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਖਿਲਾਫ ਆਪਣੀ ਰਾਏ ਦਿੱਤੀ ਸੀ, ਇਸ ਲਈ ਰਾਏ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ। ਸੋ ਪੰਜਾਬ ਦੇ ਵਿੱਚ ਹੁਣ ਕਾਫੀ ਦੇਰ ਦਾ ਇਹ ਰੌਲਾ ਪਿਆ ਹੋਇਆ, ਪੂਰੇ ਦਾ ਪੂਰਾ ਡੈਮੋਨਸਟ੍ਰੇਸ਼ਨ ਹੋ ਰਹੇ ਆ ਅਤੇ ਇਹਦੇ ਵਿੱਚ ਇਹ ਵੀ ਗੱਲ ਹੋ ਰਹੀ ਹੈ, ਸੋਰੀ ਮੈਂ ਇਹ ਗੱਲ ਕਰਦਾ ਜੀ, 2020 ਦੇ ਵਿੱਚ ਦੋ ਵਾਰੀ ਮੀਟਿੰਗਸ ਹੋਈਆਂ ਉਹਦੇ ਵਿੱਚ ਇਹ ਜਿਹੜੀ ਸੀਗੀ ਰਿਜੈਕਟ ਹੋ ਗਈ ਸੀ। ਇਸ ਕਰਕੇ ਜਿਹੜਾ ਕਾਨੂੰਨ ਹੈ ਕਿ ਜੇ ਦੋ ਇਹ ਰਿਜੈਕਟ ਹੋ ਜਾਵੇ, ਇੱਕ ਮੀਟਿੰਗ 'ਚ ਰਿਜੈਕਟ ਹੋ ਜਾਵੇ ਤਾਂ ਅਗਲੀ ਮੀਟਿੰਗ ਦੇ ਵਿੱਚ ਉਹ ਨਹੀਂ ਆ ਸਕਦਾ। ਉਸ ਤੋਂ ਬਾਅਦ ਫੇਰ ਮੀਟਿੰਗ ਹੋਈ ਸੀਗੀ, ਉਸ ਦੇ ਵਿੱਚ ਇਹ ਕੇਸ ਨੂੰ ਨਹੀਂ ਸੀ ਲਿਆ ਗਿਆ। ਹੁਣ ਜਿਹੜੀ ਮੀਟਿੰਗ ਹੋਣੀ ਹੈ ਜਿਹਦੀ ਤਰੀਕ ਹਾਲੇ ਤੈਅ ਨਹੀਂ ਹੈ, ਉਹਦੇ ਵਿੱਚ ਜਿਹੜਾ ਇਹ ਸੈਂਟੈਂਸ ਰਿਵਿਊ ਬੋਰਡ ਆ ਉਹ ਇਸ ਨੂੰ ਲੈ ਸਕਦਾ ਅਤੇ ਆਸ ਕੀਤੀ ਜਾ ਰਹੀ ਹੈ ਕਿ ਇਹਦੇ 'ਚ ਫੇਵਰੇਬਲ ਡਿਸੀਜਨ ਲਿਆ ਜਾਊਗਾ ਤਾਂ ਕਿ ਪ੍ਰੋਫੈਸਰ ਭੁੱਲਰ ਨੂੰ ਰਿਲੀਜ਼ ਕੀਤਾ ਜਾਵੇ। ਪਰ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਇੱਕ ਹੋਰ ਵੀ ਗੱਲ ਆ ਕਿ ਜਿਹੜੀ ਰਿਹਾਈ ਆ ਉਹ ਸਿਰਫ ਪ੍ਰੋਫੈਸਰ ਭੁੱਲਰ ਦੀ ਹੀ ਕਿਉਂ ਮੰਗੀ ਜਾ ਰਹੀ ਹੈ, ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਅਤੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਦੇ ਉੱਤੇ ਹੋਰ ਕੇਸ ਪਾ ਕੇ ਵੀ ਜਿਹਨਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਲੋਕ, ਜਾਂ ਜਿਹੜੇ ਲੋਕ ਜਿਨ੍ਹਾਂ ਦੀ ਟ੍ਰਾਇਲਸ ਨਹੀਂ ਹੋ ਰਹੀਆਂ ਕੋਵਿਡ ਕਰਕੇ, ਕਈਆਂ ਦੀਆਂ ਟ੍ਰਾਇਲਸ ਨਹੀਂ ਹੋਈਆਂ, ਕਈਆਂ ਨੂੰ ਤਾਂ ਕੋਵਿਡ ਦੇ ਦੌਰਾਨ ਜਿਹੜੇ ਮਾਈਨਰ ਓਫੈਂਸਿਸ ਸੀਗੇ ਉਹਨਾਂ ਨੂੰ ਅਦਾਲਤਾਂ ਨੇ ਜ਼ਮਾਨਤਾਂ ਦੇ ਦਿੱਤੀਆਂ ਸੀ, ਪਰ ਜਿਹੜੇ ਸੀਰੀਅਸ ਓਫੈਂਸਿਸ ਨੇ ਉਹਨਾਂ ਦੀ ਟ੍ਰਾਇਲ ਚੱਲ ਨਹੀਂ ਰਹੀ ਔਰ ਉਹ ਜੇਲ੍ਹਾਂ 'ਚ ਬੈਠੇ ਨੇ। ਲੋਕ ਉਹਨਾਂ ਦੀ ਵੀ ਡਿਮਾਂਡ ਕਰਦੇ ਕਿ ਉਹਨਾਂ ਦੇ ਵਾਸਤੇ ਵੀ ਨਿਆਂ ਹੋਣਾ ਚਾਹੀਦਾ, ਵੀ ਇਕੱਲਾ ਸਿਰਫ ਇੱਕ ਬੰਦੇ ਦੇ ਉੱਤੇ ਨਹੀਂ, ਪ੍ਰੋਫੈਸਰ ਭੁੱਲਰ ਦੇ ਨਾਲ ਜਿਹੜੇ ਬਾਕੀ ਦੇ ਲੋਕ ਜਿਹੜੇ ਜੇਲ੍ਹਾਂ 'ਚ ਸੜ ਰਹੇ ਆ ਉਹਨਾਂ ਦਾ ਵੀ ਧਿਆਨ ਕਰਨਾ ਚਾਹੀਦਾ। ਅਤੇ ਹੁਣ ਪੰਜਾਬ ਕਾਂਗਰਸ ਦੇ ਜਿਹੜੇ ਐਮ ਪੀ ਨੇ ਡਿੰਪਾ ਗਿੱਲ, ਜਸਬੀਰ ਸਿੰਘ ਗਿੱਲ, ਉਹਨਾਂ ਨੇ ਹੁਣ ਲੋਕ ਸਭਾ ਦੇ ਵਿੱਚ ਇਹ ਗੱਲ ਕੀਤੀ ਹੈ, ਕਹਿੰਦੇ ਵੀ ਇੱਕ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹਦੇ ਤਹਿਤ ਜਿਹੜੀਆਂ ਐੱਨ ਆਰ ਆਈ ਲੜਕੀਆਂ ਨੇ ਜਿਹੜੀਆਂ ਵਿਆਹ ਕਰਕੇ ਆਪਣੇ ਹਸਬੈਂਡਸ ਦੇ ਨਾਲ ਉਹਨਾਂ ਦੀ ਹੈਰੈਸਮੈਂਟ ਕਰਦੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਬਿਲਕੁਲ ਜੀ, ਜਸਬੀਰ ਸਿੰਘ ਗਿੱਲ ਜਿਹੜੇ ਖਡੂਰ ਸਾਹਿਬ ਤੋਂ, ਉਹਨਾਂ ਨੂੰ ਡਿੰਪਾ ਗਿੱਲ ਕਹਿੰਦੇ ਨੇ, ਜਸਬੀਰ ਸਿੰਘ ਗਿੱਲ ਉਹਨਾਂ ਦਾ ਨਾਂ, ਐਮ ਪੀ ਨੇ ਖਡੂਰ ਸਾਹਿਬ ਤੋਂ, ਜਿਹਨੂੰ ਕਿਸੇ ਟਾਈਮ 'ਤੇ ਤਰਨ ਤਾਰਨ ਵੀ ਕਿਹਾ ਜਾਂਦਾ ਸੀ, ਔਰ ਕਿਸਾਨ ਅੰਦੋਲਨ ਵੇਲੇ ਉਹਨਾਂ ਨੇ ਨਾਲ ਦੀ ਨਾਲ ਇੱਕ ਪੈਰਲ ਅੰਦੋਲਨ ਵੀ ਚਲਾਇਆ ਸੀ ਔਰ ਉਹਨਾਂ ਨੇ ਇੱਕ ਸ਼ੋਰਟ ਨੋਟਿਸ, ਸ਼ੋਰਟ ਡਿਊਰੇਸ਼ਨ ਡਿਸਕਸ਼ਨ ਵਾਸਤੇ ਇੱਕ ਨੋਟਿਸ ਲੋਕ ਸਭਾ ਦੇ ਵਿੱਚ ਦਿੱਤਾ। ਕਹਿੰਦੇ ਜੀ ਇਹ ਤਾਂ ਕਾਨੂੰਨ ਬਣਿਆ ਹੋਇਆ ਕਿ ਜਿਹੜੇ ਐੱਨ ਆਰ ਆਈ ਲੜਕੇ ਨੇ ਉਹ ਇੱਥੇ ਵਿਆਹ ਕਰਾ ਕੇ ਭੱਜ ਜਾਂਦੇ ਨੇ ਔਰ ਹਜ਼ਾਰਾਂ ਦੇ ਵਿੱਚ ਜਿਹੜੀਆਂ ਲੜਕੀਆਂ ਇੱਥੇ ਰਹਿ ਗਈਆਂ, ਕਈਆਂ ਦੇ ਬੱਚੇ ਹੋ ਗਏ ਔਰ ਬਾਅਦ 'ਚੋਂ ਜਿਨ੍ਹਾਂ ਨੇ ਵਿਆਹ ਕਰਾਇਆ ਉਹਦਾ ਥੋਟ ਟਿਕਾਣਾ ਹੀ ਨਹੀਂ ਪਤਾ ਔਰ ਕੁੜੀਆਂ ਇੱਥੇ ਸਮਾਜਿਕ ਲੈਵਲ ਦੇ ਉੱਤੇ ਵੀ ਉਹਨਾਂ ਦੀ ਦੁਰਗਤੀ ਹੋ ਰਹੀ ਹੈ, ਪਰਿਵਾਰਾਂ ਨੂੰ ਨਹੀਂ ਪਤਾ ਹੁਣ ਉਹ ਆਪਣੇ ਕੁੜੀਆਂ ਦੇ ਨਾਲ ਕੀ ਕਰਨ ਅਤੇ ਅੱਗੇ ਬੱਚੇ ਨੇ ਉਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਹੋਵੇ ਬੱਚੇ ਔਰ ਉਹ ਚਲੇ ਗਏ। ਪਰ ਕਹਿੰਦੇ ਦੂਸਰੇ ਪਾਸੇ ਹੁਣ ਜਿਹੜਾ ਹੋਰ ਅਗਲਾ ਰੁਝਾਨ ਹੈ ਉਹਦੇ 'ਚ ਕਹਿੰਦੇ ਜੀ ਇੰਨੇ ਕੁ ਹੀ ਕੇਸ ਇਹੋ ਜਿਹੇ ਨੇ ਕਿ ਲੜਕੀਆਂ ਜਿਹੜੀਆਂ ਉਹ ਵੀ ਜਿਹੜੀਆਂ ਐੱਨ ਆਰ ਆਈ ਬਰਾਈਡਸ ਨੇ ਉਹ ਵਿਆਹ ਕਰਾ ਕੇ ਚਲੇ ਜਾਂਦੀਆਂ ਔਰ ਸਪੈਸ਼ਲੀ ਜਿਹੜੀ ਹੈਗੀ ਆ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਜਿਹੜਾ ਆਈਲੈਟਸ ਕਿਹਾ ਜਾਂਦਾ ਉਸਨੂੰ ਕਰਵਾਉਂਦੇ ਆ, ਉਹਦੀ ਫਾਈਨਾਂਸਿੰਗ ਜਿਹੜੀ ਹੈ ਰਿਵਰਸ ਜਿਹਨੂੰ ਕਹਿੰਦੇ ਆਪਾਂ ਡਾਊਰੀ ਦਾ ਕੰਮ ਕੇਸ ਵਾਸੂ ਜੀ ਚੱਲਿਆ ਹੋਇਆ ਪੰਜਾਬ 'ਚ ਵੀ ਔਰ ਭਾਰਤ ਦੇ ਕਈ ਹਿੱਸਿਆਂ 'ਚ ਕਿ
लड़की जिहड़ी हैगी आ उहदी पढ़ाई दी फाइनैंसिंग लड़के दी लड़के दी फैमिली करदी आ एवज दे विच जदों उहनूं वर्क परमिट या उसनूं पीआरशिप मिल जांदी आ लड़की नूं कैनेडा होवे यूएसए होवे आस्ट्रेलिया न्यूजीलैंड इह फेवर डेस्टिनेशन ने या यूरोप दे किसे पासे ਤਾਂ ਫਿਰ ਬਾਅਦ ਚੋਂ ਲੜਕੇ ਨੂੰ ਉੱਥੇ ਬੁਲਾ ਲਏਗੀ ਅਤੇ ਚਲੋ ਜਿਹੜਾ ਵੀ ਇਹ ਕੰਟਰੈਕਚੁਅਲ ਇੱਕ ਕਿਸਮ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਉਹ ਜਿਹੜਾ ਡਿੰਪਾ ਗਿੱਲ ਉਹਨਾਂ ਦੀ ਗੱਲ ਇਹ ਆ ਕਿ ਇਹਦੇ ਬਾਰੇ ਕੋਈ ਕਾਨੂੰਨ ਨਹੀਂ ਹੈ ਜਿਹੜੀਆਂ ਐਨ ਆਰ ਆਈ ਬਰਾਈਡਸ ਨੇ ਉਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਔਰ ਡਿੰਪਾ ਗਿੱਲ ਨੇ ਕਿਹਾ ਮੈਂ ਤੁਹਾਨੂੰ ਲਿਸਟ ਦੇ ਦਿੰਦਾ ਮੈਨੂੰ ਇਹ ਪਤਾ ਜਿਹੜੇ ਡਿਜ਼ਰਟਿਡ ਹਸਬੈਂਡ ਨੇ ਜਿਹੜੇ ਪੰਜਾਬ 'ਚ ਰਹਿ ਗਏ ਖਰਚਾ ਵੀ ਕੀਤਾ ਸਭ ਕੁਛ ਕੀਤਾ ਉਹਨਾਂ ਨੇ ਆਖਰ ਆ ਕੇ ਜਿਹੜੀ ਹਰਾਸਮੈਂਟ ਤੋਂ ਬਾਅਦ ਫਾਈਨੈਂਸ਼ੀਅਲ ਡਿਸਟ੍ਰੈਸ ਵੀ ਹੋ ਗਿਆ ਫਿਰ ਬਾਅਦ ਚੋਂ ਉਹ ਲੜਕਿਆਂ ਨੇ ਸੁਸਾਈਡ ਕੀਤਾ ਆਹ ਜਿਹੜਾ ਲਵਪ੍ਰੀਤ ਸਿੰਘ ਦਾ ਕੇਸ ਸੀਗਾ ਜੀ ਉਹ ਉਹਨਾਂ 'ਚੋਂ ਜਿਹੜਾ ਪਿੱਛੇ ਜੇ ਹੋਇਆ ਸੀ ਉਹ ਕਾਫੀ ਸੁਰਖੀਆਂ ਬਟੋਰੀਆਂ ਸੀ ਔਰ ਉਹ ਸਾਰੇ ਦਾ ਸਾਰਾ ਜਿਹੜਾ ਇਹ ਕੇਸ ਹੈ ਡਿੰਪਾ ਗਿੱਲ ਉਹਦੀ ਇੱਕ ਡਿਸਕਸ਼ਨ ਮੰਗਦੇ ਨੇ ਔਰ ਇਹ ਕਹਿੰਦੇ ਨੇ ਕਿ ਇਹ ਜਿਹੜੀਆਂ ਐਨ ਆਰ ਆਈ ਬਰਾਈਡਸ ਨੇ ਇਹਨਾਂ ਨੂੰ ਵੀ ਕਾਨੂੰਨ ਦੇ ਦਾਇਰੇ ਦੇ ਜਿਹੜੀਆਂ ਇਸ ਤਰ੍ਹਾਂ ਡਿਜ਼ਰਟ ਕਰਦੀਆਂ ਨੇ ਜਾਂ ਜੋ ਵੀ ਹੈਗਾ ਇਹਨਾਂ ਨੂੰ ਵੀ ਉਸੇ ਤਰ੍ਹਾਂ ਜਿਹੜੇ ਐਨ ਆਰ ਆਈ ਹਸਬੈਂਡ ਨੇ ਉਹਨਾਂ ਉਹਦੇ ਬਰਾਬਰ 'ਤੇ ਹੀ ਟ੍ਰੀਟ ਕਰਨਾ ਚਾਹੀਦਾ ਜੀ। ਪੰਦੇਸ਼ ਸਾਹਿਬ, ਹੁਣ ਲੋਕ ਸਭਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੋਇਆ ਉਸ ਤੋਂ ਬਾਅਦ ਡਿਬੇਟ ਹੋਈ ਮੋਸ਼ਨ ਆਫ ਥੈਂਕਸ 'ਤੇ ਅਤੇ ਉਹਦੇ ਵਿੱਚ ਰਾਹੁਲ ਗਾਂਧੀ ਨੇ ਖੜ੍ਹੇ ਹੋ ਕੇ ਕਿਹਾ, ਕਹਿੰਦੇ ਕਿ ਭਾਰਤ ਇੱਕ ਯੂਨੀਅਨ ਆਫ ਸਟੇਟਸ ਹੈ, ਕੋਈ ਕਿੰਗਡਮ ਨਹੀਂ ਹੈ। ਕਹਿੰਦੇ ਰਾਜਾ ਜਿਹੜਾ ਹੁੰਦਾ ਉਹ ਕਹਿੰਦੇ ਪ੍ਰਜਾ ਦੀ ਕਿਸੇ ਦੀ ਵੀ ਕਹਿੰਦੇ ਸੁਣਦਾ ਨਹੀਂ। ਕੀ ਕਹਿਣਾ ਚਾਹ ਰਹੇ ਸੀ ਉਹ? ਰਾਹੁਲ ਗਾਂਧੀ ਦੀ ਕੱਲ੍ਹ ਸਪੀਚ ਜਿਹੜੀ ਹੈ ਜੀ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਡਿਸਕਸ ਕੀਤੀ ਜਾ ਰਹੀ ਆ। ਲੋਕੀ ਜਿਹੜੇ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਬੋਲੇ, ਕਿਹਾ ਗਿਆ ਕਿ ਰਾਹੁਲ ਗਾਂਧੀ ਦੀਆਂ ਕੁਛ ਅੱਛੀਆਂ ਸਪੀਚਸ ਦੇ ਵਿੱਚ ਉਹਨੂੰ ਮੰਨਿਆ ਜਾ ਰਿਹਾ। ਬੇਸ਼ੱਕ ਰਾਹੁਲ ਗਾਂਧੀ ਦੀਆਂ ਜਿਹੜੇ ਮੀਮ ਬਣਦੇ ਨੇ ਉਹਨਾਂ ਦੇ ਬੋਲਣ ਵੇਲੇ ਕੁਛ ਨਾ ਕੁਛ ਜਿਹੜਾ ਸਲਿਪ ਆਫ ਦੀ ਟੰਗ ਜਿਹਨੂੰ ਕਹਿੰਦੇ ਉਹ ਹੋ ਜਾਂਦਾ ਜਾਂ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਉਹ ਹੋ ਜਾਂਦੀ ਹੈ। ਕਈ ਵਾਰੀ ਮੇਰੇ ਵਾਂਗੂ ਸ਼ਬਦ ਭਾਲਦੇ ਭਾਲਦੇ ਰਾਹੁਲ ਗਾਂਧੀ ਬੋਲਦੇ ਬੋਲਦੇ ਕਈ ਸ਼ਬਦ ਭਾਲਣ ਲੱਗ ਪੈਂਦੇ ਨੇ, ਬੋਲਦੇ ਬੋਲਦੇ ਫਿਰ ਉਹ ਗੁਆਚ ਜੇ ਜਾਂਦੇ ਆ। ਇਹ ਮਜ਼ਾਕ ਬਣਦਾ ਪਰ ਕੱਲ੍ਹ ਵਾਲੇ ਜਿਹੜੀ ਸਪੀਚ ਸੀ ਉਹ ਬੜੀ ਪਾਵਰਫੁਲ ਸੀ ਔਰ ਉਹਨਾਂ ਨੇ ਕਿਹਾ, ਉਹਨਾਂ ਨੇ ਬਹੁਤ ਸਾਰੇ ਪੁਆਇੰਟਸ ਨਰਿੰਦਰ ਮੋਦੀ ਦੀ ਸਰਕਾਰ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਔਰ ਕਹਿੰਦੇ ਜੀ ਪਹਿਲਾ ਬਜਟ ਹੈ ਜੀ ਜਿਹੜੀ ਹੁਣ ਜਿਹੜਾ ਇਹ ਸਾਰੇ ਦਾ ਸਾਰਾ ਆਇਆ ਜਿਹਦੇ ਵਿੱਚ ਦੋ ਭਾਰਤ ਬਣਾ ਕੇ ਰੱਖਤੇ, ਇੱਕ ਰਿਚ ਇੰਡੀਆ ਇੱਕ ਪੂਅਰ ਇੰਡੀਆ, ਔਰ ਜਿਹੜੀ ਸਰਕਾਰ ਹੈ ਉਹ ਰਿਚ ਇੰਡੀਆ ਨੂੰ ਸਪੋਰਟ ਕਰਨ ਵਾਸਤੇ ਜਾ ਰਹੀ ਹੈ ਔਰ ਬਾਰ ਬਾਰ ਲੋਕਾਂ ਦੇ ਕੋਲ ਕਹਿੰਦੇ ਪੀਣ ਦਾ ਪਾਣੀ ਹੈ ਨਹੀਂ ਔਰ ਇਹ ਕਹਿੰਦੇ ਵੱਡੀਆਂ ਵੱਡੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਣਾ ਰਿਹਾ ਕਿ ਕਿਸ ਤਰ੍ਹਾਂ ਧਨ ਜਿਹੜਾ ਹੈ ਉਹ ਅਮੀਰਾਂ ਵੱਲ ਜਾਵੇ। ਔਰ ਇੱਥੇ ਤੱਕ ਕਿਹਾ ਕਿ ਜਿਹੜੇ ਕੋਈ 100 ਕੁ ਲੋਕ ਨੇ ਜਿਨ੍ਹਾਂ ਦੇ ਕੋਲ 55-100 ਕੁ ਵਿਅਕਤੀ ਪਰਿਵਾਰ ਨੇ ਜਿਨ੍ਹਾਂ ਕੋਲ 55 ਕਰੋੜ ਲੋਕਾਂ ਨਾਲੋਂ ਵੀ ਵੱਧ ਜਿਹੜੀ ਦੌਲਤ ਇਕੱਠੀ ਹੋ ਗਈ ਹੈ ਔਰ ਇਹ ਸਾਰੇ ਦਾ ਸਾਰਾ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਉਹ ਕਹਿੰਦੇ ਜੀ ਰਿਪਬਲਿਕ ਡੇ ਦੇ ਉੱਤੇ ਸਾਨੂੰ ਕੋਈ ਗੈਸਟ ਨਾ ਮਿਲਣਾ, ਬਾਹਰੋਂ ਕੋਈ ਗੈਸਟ ਨਾ ਮਿਲੇ, ਪਰੇਡ ਨੂੰ ਦੇਖਣ ਵਾਸਤੇ ਕੋਈ ਗੈਸਟ ਨਾ ਆਵੇ। ਇਹ 'ਚੋਂ ਪਤਾ ਲੱਗਦਾ ਕਿ ਭਾਰਤ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਆਈਸੋਲੇਟ ਹੋ ਗਿਆ ਅਤੇ ਭਾਰਤ ਦੀ ਕੂਟਨੀਤੀ ਬਾਰੇ ਅਸੀਂ ਕਹਿੰਦੇ ਜੀ ਜਿਸ ਤਰ੍ਹਾਂ ਬਲੰਡਰਸ ਕੀਤੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਔਰ ਹੋਰ ਪਾਸੇ, ਉਹਦੇ ਨਾਲ ਚਾਈਨਾ ਅਤੇ ਪਾਕਿਸਤਾਨ ਅਸੀਂ ਇਕੱਠੇ ਕਰ ਲਿਆ ਆਪਣੇ ਬਾਰਡਰਾਂ ਦੇ ਉੱਤੇ, ਉਹ ਬਾਹਰ ਖੜ੍ਹੇ ਨੇ ਔਰ ਕਹਿੰਦੇ ਜੀ ਜਿਹੜੀ RSS ਔਰ BJP ਹੈ ਉਹ ਜਿਹੜੀ ਬੇਸਿਕ ਫਾਊਂਡੇਸ਼ਨ ਜਿਹੜੀ ਦੇਸ਼ ਦੀਆਂ ਨੀਵਾਂ ਨੇ ਉਹਨਾਂ ਨੂੰ ਖੋਖਲਾ ਕਰ ਰਹੀ ਹੈ ਅਤੇ ਔਰ ਇਹ ਲੱਗੇ ਹੋਏ ਆ ਕਿ ਇੱਕ ਵੀ ਜਿਹੜਾ ਯੁਵਾ ਉਹਨੂੰ ਕਿਤੇ ਨੌਕਰੀ ਨਾ ਮਿਲ ਜੇ। ਔਰ ਫਿਰ ਉਹਨਾਂ ਨੇ ਗੱਲ ਜਿਹੜੀ ਅੱਗੇ ਕਹਿੰਦੇ ਜੀ ਮੇਕ ਇਨ ਇੰਡੀਆ ਦੀ ਤੁਸੀਂ ਗੱਲ ਕਰਦੇ ਹੋ, ਮੇਕ ਇਨ ਇੰਡੀਆ ਦਾ ਜਿਹੜਾ ਸਮਾਲ ਮੀਡੀਅਮ ਇੰਡਸਟਰੀ ਆ ਜਾਂ ਅਨਆਰਗੇਨਾਈਜ਼ ਸੈਕਟਰ ਆ ਉਹਨੂੰ ਤਾਂ ਤੁਸੀਂ ਖਤਮ ਕਰਤਾ, ਮੇਕ ਇਨ ਇੰਡੀਆ ਕਿੱਥੋਂ ਹੋਣ। ਸਟਾਰਟਅਪ ਇੰਡੀਆ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਆ। ਫਿਰ ਉਹਨਾਂ ਨੇ ਗੱਲ ਕੀਤੀ ਆ ਬਈ 1947 ਦੇ ਵਿੱਚ ਕਾਂਗਰਸ ਨੇ ਜਿਹੜਾ ਸੀ ਜਿਸ ਨੂੰ ਕਹਿੰਦੇ ਰਾਜਾ ਤੰਤਰ ਜਿਹੜਾ ਹੁੰਦਾ ਸੀ, ਮੋਨਾਰਕੀ ਦਾ ਸਿਸਟਮ ਜਿਹੜਾ ਸੀ ਅੰਗਰੇਜ਼ਾਂ ਦੇ ਥੱਲੇ, ਉਹ ਉਹਨੂੰ ਉਸ ਤੋਂ ਨਜਾਤ ਦਵਾਈ ਸੀ। ਪਰ ਹੁਣ ਕਹਿੰਦੇ ਜੀ
ਫਿਰ ਰਾਜਾ ਹੀ ਸਾਹਮਣੇ ਆ ਗਿਆ ਤੇ ਹੁਣ ਗੱਲ ਇਹ ਆ ਕਹਿੰਦੇ ਜੀ ਔਰ ਕਿਉਂਕਿ ਜਿਹੜਾ ਹੁਣ ਰਾਜਾ ਹੈ ਉਹ ਗੱਲ ਹੀ ਨਹੀਂ ਸੁਣਦਾ ਇੱਕ ਸਾਲ ਤੋਂ ਵੱਧ ਕਿਸਾਨ ਜਿਹੜੇ ਸੀਗੇ ਜੀ ਉਹ ਪ੍ਰੋਟੈਸਟ ਕਰਦੇ ਰਹੇ ਮਰ ਵੀ ਗਏ ਤੇ ਰਾਜੇ ਨੇ ਗੱਲ ਹੀ ਨਹੀਂ ਸੁਣੀ ਸੋ ਕਾਫੀ ਲੈਵਲ ਦੇ ਉੱਤੇ ਉਹਨਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕੌਨਸਟੀਟਿਊਸ਼ਨ ਵੀ ਜਿਹੜਾ ਹੈ ਉਸ ਦੇ ਉੱਤੇ ਵੀ ਜਿਹੜਾ ਹੈਗਾ ਅਟੈਕ ਹੋ ਰਿਹਾ ਜਿਹੜਾ ਕੌਨਸਟੀਟਿਊਸ਼ਨ ਜਿਹੜਾ ਦੱਸਦਾ ਸੀ ਕਿ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ ਉਹ ਕਹਿੰਦੇ ਨੇਸ਼ਨ ਜਿਹੜਾ ਰਾਸ਼ਟਰਵਾਦ ਦੀ ਗੱਲ ਆ ਉਹਦੇ ਤੇ ਵੀ ਪ੍ਰਹਾਰ ਕੀਤਾ ਨੇਸ਼ਨ ਦਾ ਨਾਂ ਨਹੀਂ ਹੈ ਕੌਨਸਟੀਟਿਊਸ਼ਨ ਔਰ ਉਹਦੇ ਵਿੱਚ ਇਹ ਕਿਹਾ ਕਿ ਬਈ ਤਾਮਿਲਨਾਡੂ ਮਹਾਰਾਸ਼ਟਰਾ ਜੰਮੂ ਕਸ਼ਮੀਰ ਮਣੀਪੁਰ ਦੇ ਲੋਕਾਂ ਦੇ ਸਾਰਿਆਂ ਦੇ ਬਰਾਬਰ ਦੇ ਹੱਕ ਨੇ ਸੋ ਕਾਫੀ ਜਿਹੜੀ ਸੀ ਇੱਕ ਪ੍ਰਭਾਵਸ਼ਾਲੀ ਇੱਕ ਸਪੀਚ ਸੀ ਓਪੋਜੀਸ਼ਨ ਵੱਲੋਂ ਇੱਕ ਕਾਫੀ ਜਿਹਨੂੰ ਕਹਿ ਸਕਦੇ ਹੋ ਰੋਲ ਅਦਾ ਕੀਤਾ ਇੱਕ ਓਪੋਜੀਸ਼ਨ ਦੇ ਐਮ ਪੀ ਦਾ ਕਿਉਂਕਿ ਲੀਡਰ ਆਫ ਓਪੋਜੀਸ਼ਨ ਦਾ ਤਾਂ ਅਹੁਦਾ ਉਹਨਾਂ ਕੋਲ ਹੈ ਨਹੀਂ ਜੀ ਪੰਦੇਸ਼ ਸਾਹਿਬ ਇਹ ਸਾਰੀਆਂ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਕੱਲ੍ਹ ਫਿਰ ਗੱਲਬਾਤ ਕਰਾਂਗੇ ਧੰਨਵਾਦ ਬਿਲਕੁਲ ਜੀ